ਸਤਨਾਮ ਸਿੰਘ ਜੀ, ਐਸ ਜੀ ਪੀ ਸੀ ਵੱਲੋਂ 523 ਮੁਲਾਜ਼ਮ ਜਿਹੜੇ ਫਾਰਗ ਕਰ ਦਿੱਤੇ ਗਏ, ਅੱਜ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਆ, ਉਹਨਾਂ ਦੇ ਘਰ ਦੀ ਰੋਟੀ ਵੀ ਬਹੁਤ ਔਖੀ ਚੱਲ ਰਹੀ ਹੈ, ਕੀ ਕਹਿਣਾ ਤੁਹਾਡਾ? ਵੀ ਉਹ ਗਲਤ ਸੀ ਜਾਂ ਮੁੜ ਤੇ ਉਹਨਾਂ ਨੂੰ ਲਾਉਣਾ ਚਾਹੀਦਾ, ਦੁਬਾਰਾ ਬਹਾਲ ਕਰਨਾ ਚਾਹੀਦਾ? ਉਹਨਾਂ ਨੂੰ ਇੱਕ ਵਾਰ ਨਿਯਮਾਂ ਮੁਤਾਬਕ ਭਰਤੀ ਕਰ ਲਿਆ ਸੀ, ਉਹਨਾਂ ਨੂੰ ਕੱਢਣਾ ਬਿਲਕੁਲ ਨਜਾਇਜ਼ ਕਾਰਵਾਈ ਸ਼੍ਰੋਮਣੀ ਕਮੇਟੀ ਦੀ, ਤੇ ਜੇ ਸ਼੍ਰੋਮਣੀ ਕਮੇਟੀ ਸਮਝਦੀ ਆ ਕਿ ਉਹਨਾਂ ਨੇ ਜਾਇਜ਼ ਕੀਤਾ ਤੇ ਫਿਰ ਜਿਨ੍ਹਾਂ ਨੇ ਉਹਨਾਂ ਨੂੰ ਭਰਤੀ ਕੀਤਾ ਸੀ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲਿਆ? ਕੀ ਕਾਰਨ ਮੰਨਦੇ ਹੋ ਕਿ ਇਹ ਕੋਈ ਪੋਲੀਟੀਕਲ ਦਬਾਅ ਕਰਕੇ ਉਹਨਾਂ ਨੂੰ ਫਰਕ ਕੀਤਾ ਗਿਆ, ਜਾਂ ਫਿਰ ਪ੍ਰਧਾਨ ਚੇਂਜ ਹੋਇਆ ਇੱਕਦਮ ਬਦਲਿਆ ਉਹਦੇ ਕਰਕੇ ਉਹਨਾਂ ਨੇ ਆਪਣੇ ਮਨਪਸੰਦੀ ਦੇ ਪ੍ਰਧਾਨ ਚੇਂਜ ਹੁੰਦੇ ਹੀ ਉਹਨਾਂ ਨੂੰ ਕੱਢ ਦਿੱਤਾ ਗਿਆ ਸੀਗਾ? ਇਹ ਉਹਨਾਂ ਦੀ ਜਿਹੜੀ ਅੰਦਰੂਨੀ ਲੜਾਈ ਆ ਅਕਾਲੀ ਦਲ ਦੀ, ਉਹਦਾ ਸੱਟਾ ਸਰੋਪਾ ਨਾ ਦੇਣ ਦਾ ਕਾਰਨ ਇਹ ਸੀ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਕੀਤੀ ਗਈ, ਤੇ ਜਿਹੜੀ ਕਿ ਅੱਜ ਦੀ ਸਿੱਟ ਨੇ ਸਾਬਤ ਕਰ ਦਿੱਤਾ। ਸਾਨੂੰ ਤਾਂ ਉਸ ਮੌਕੇ ਵੀ ਪਤਾ ਸੀ ਇਸ ਗੱਲ ਦਾ, ਕਿਸੇ ਤੋਂ ਵੀ ਕੋਈ ਭੁੱਲ ਨਹੀਂ ਸੀ ਕਿ ਇਹੋ ਸਰਕਾਰ ਕਰਵਾ ਰਹੀ ਹੈ। ਇਹਨਾਂ ਦੀ ਸੋਚੀ ਸਮਝੀ ਸਾਜਿਸ਼ ਤਹਿਤ ਸਭ ਕੁਝ ਹੋਇਆ ਸੀ ਤੇ ਅੱਜ ਉਹ ਸਾਰਿਆਂ ਦੇ ਸਾਹਮਣੇ ਆ ਗਿਆ। ਉਸ ਮੌਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਤੇ ਜਦੋਂ ਹਰਿਮੰਦਰ ਸਾਹਿਬ ਆਇਆ ਤੇ ਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਾਣੀ ਕਿ ਤਾਬਿਆ ਤੋਂ ਥੋੜ੍ਹਾ ਜਿਹਾ ਦੂਰ ਪਾਤਸ਼ਾਹ ਦੀ ਗੋਦ ਵਿੱਚ ਸਜਿਆ ਸੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਸਾਹਮਣੇ ਹਨ, ਤੇ ਜਿਸ ਪਾਤਸ਼ਾਹ ਜੀ ਉਹਨੇ ਬੇਅਦਬੀ ਕਰਾਈ ਹੋਵੇ ਤੇ ਮੈਂ ਆਪਣੇ ਹੱਥ ਨਾਲ ਉਹਨੂੰ ਸਨਮਾਨਿਤ ਕਿਵੇਂ ਕਰ ਸਕਦਾ ਸੀ? ਇਸ ਕਰਕੇ ਸਰੋਪਾ ਦੇਣ ਤੋਂ ਨਾ ਕੀਤੀ। ਕਿਸੇ ਪਾਰਟੀ ਨਾਲ ਕੋਈ ਸਮਰਥਨ ਨਹੀਂ। ਜਿਹੜੀ ਗੱਲ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਦੀ, ਉਹਦੇ ਬਾਰੇ ਸਮੁੱਚੇ ਪੰਥ ਨੂੰ ਬੇਨਤੀ ਹੈ ਕਿ ਉਹਨਾਂ ਦੀ ਪੰਥ ਦੇ ਵਾਸਤੇ ਬਹੁਤ ਵੱਡੀ ਦੇਣ ਹੈ, ਬਹੁਤ ਵੱਡੀ ਕੁਰਬਾਨੀ ਹੈ, ਅਸੀਂ ਸਾਰੇ ਉਸ ਪਰਿਵਾਰ ਦੇ ਰਿਣੀ ਹੈ। ਇਸ ਕਰਕੇ ਸਾਨੂੰ ਇਹ ਬੇਨਤੀ ਹੈ ਕਿ ਇੱਕ ਇੱਕ ਵੋਟ ਜਿਹੜੀ ਹੈ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇ। ਮੇਰਾ ਨਾਮ ਸੰਤੋਖ ਸਿੰਘ, ਮਾਸਟਰ ਸੰਤੋਖ ਸਿੰਘ। ਸਰ, ਅੱਜ ਦਾ ਮੁੱਦਾ ਕੀ ਪ੍ਰੈਸ ਕਾਨਫਰੰਸ ਦਾ ਜਿਹੜਾ ਆਪਾਂ ਜੇ ਭੁੱਖਿਆ? ਅੱਜ ਦਾ ਮੁੱਦਾ ਇਹ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬ ਨੂੰ ਡੋਬਣ ਵਾਲੀਆਂ ਜੋ ਧਿਰਾਂ ਨੇ ਪਿਛਲੇ ਸਮੇਂ ਦੇ ਵਿੱਚ, ਉਹਨਾਂ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਵਾਸਤੇ ਅਸੀਂ ਇਹ ਉੱਦਮ ਕੀਤਾ ਔਰ ਇਹ ਉੱਦਮ ਸਾਰੇ ਪੰਜਾਬ 'ਚ ਲੈ ਕੇ ਜਾਵਾਂਗੇ। ਕਿਹੜੀ ਪਾਰਟੀ ਨੂੰ ਤੁਸੀਂ ਸਮਰਥਨ ਦਿੰਦੇ ਹੋ? ਅਸੀਂ ਸਿਰਫ ਪਾਰਟੀ ਕਿਸੇ ਨੂੰ ਕੋਈ ਸਮਰਥਨ ਨਹੀਂ। ਇੱਕ ਬੀਬੀ ਖਾਲੜਾ ਹੈ ਜੋ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੀ ਪਿਛੋਕੜ ਜੋ ਉਹਨਾਂ ਦੀ ਕੁਰਬਾਨੀ ਹੈ ਉਹਦੇ ਕਰਕੇ ਉਹਨਾਂ ਨੂੰ ਸਮਰਥਨ ਦੇ ਰਹੇ ਹਾਂ। ਬਾਕੀ ਕਿਸੇ ਪਾਰਟੀ ਨੂੰ ਵੀ ਕੋਈ ਵੋਟ ਪਾਏ ਅਸੀਂ ਕਿਸੇ ਨੂੰ ਪਾਉਂਦੇ। ਕੀ ਕਾਰਨ ਹੈ
ਅਕਾਲੀ ਦਲ ਤੋਂ ਜਾਂ ਬਾਦਲਾਂ ਨੂੰ ਵੋਟ ਨਾ ਪਾਉਣ ਦਾ ਸਮਰਥਨ ਨਾ ਦੇਣ ਦਾ ਕੀ ਮੁੱਖ ਕਾਰਨ? ਅਕਾਲੀ ਦਲ ਨੇ ਪੰਜਾਬ ਦਾ ਮਤਲਬ ਤਬਾਹੀ ਕੀਤੀ ਹੈ। ਉਹਨੇ ਕੋਈ ਵੀ ਜਿਹੜਾ ਹੈ ਪੱਖ ਉਹਨੇ ਪੰਜਾਬ ਦਾ ਛੱਡਿਆ ਨਹੀਂ। ਬੇਰੁਜ਼ਗਾਰੀ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ, ਪਾਣੀਆਂ ਦੇ ਮਸਲੇ, ਨਸ਼ਾ ਜਿਹੜਾ ਉਹਨਾਂ ਨੇ ਐਸਾ ਚਲਾਇਆ ਕਿ ਉਹ ਅਜੇ ਵੀ ਉਹਦਾ ਐਸਾ ਮੋਮੈਂਟਮ ਬਣਿਆ ਕਿ ਹੁਣ ਅਜੇ ਵੀ ਰੁਕ ਨਹੀਂ ਰਿਹਾ ਇੰਨੀ ਕੋਸ਼ਿਸ਼ ਤੋਂ ਬਾਅਦ। ਠੀਕ ਹੈ।